ਦੇਖੋ ਅੱਜ ਸਾਡੀ ਜਿਹੜੀ ਪਾਰਟੀ ਦੀ ਸਭ ਤੋਂ ਅਹਿਮ ਕਮੇਟੀ ਹੁੰਦੀ ਹੈ ਵਰਕਿੰਗ ਕਮੇਟੀ। ਸਾਰੇ ਸਾਡੇ ਜ਼ਿਲ੍ਹਾ ਜਥੇਦਾਰ ਸਾਹਿਬਾਨ ਅਤੇ ਜਿਹੜੇ ਹਲਕਾ ਇੰਚਾਰਜ ਹੈ ਸਾਰਿਆਂ ਦੀ ਸਾਂਝੀ ਮੀਟਿੰਗ, ਔਰ ਇਹਦੇ ਵਿੱਚ ਮੌਜੂਦਾ ਪਰਿਸਥਿਤੀਆਂ ਦੇ ਵਿੱਚ ਜਿਹੜੀਆਂ ਚਾਰ ਜ਼ਿਮਨੀ ਚੋਣਾਂ ਆ ਰਹੀਆਂ ਉਹਦੇ ਸੰਬੰਧ ਦੇ ਵਿੱਚ ਅਸੀਂ ਵਿਸਤਾਰ ਦੇ ਵਿੱਚ ਚਰਚਾ ਕਰਕੇ ਆਪਣਾ ਫੈਸਲਾ ਲੈਣ, ਇਸ ਕਰਕੇ ਹਾਲੇ ਮੀਟਿੰਗ ਥੋੜ੍ਹਾ ਟਾਈਮ ਲੱਗੇਗਾ, ਸ਼ੁਰੂ ਹੋਏਗੀ ਅਤੇ ਫਿਰ ਮੀਟਿੰਗ ਤੋਂ ਬਾਅਦ ਜੋ ਫੈਸਲਾ ਕਮੇਟੀ ਦਾ ਹੋਇਆ ਉਹ ਅਸੀਂ ਤੁਹਾਨੂੰ ਜਿਹੜਾ ਨਾਲ ਦੀ ਨਾਲ ਬਾਅਦ 'ਚ ਸੂਚਿਤ ਕਰਾਂਗੇ। ਤੁਸੀਂ ਅਕਾਲ ਤਖਤ ਸਾਹਿਬ ਗਏ ਸੀਗੇ, ਸਿੰਘ ਸਾਹਿਬਾਨ ਵੱਲੋਂ ਕਿਹਾ ਸੀ ਕਿ ਥੋੜ੍ਹੀ ਬਹੁਤ ਛੋਟ ਮਿਲਣੀ ਚਾਹੀਦੀ ਹੈ, ਪਰ ਉੱਧਰੋਂ ਕੋਈ ਰਾਹਤ ਨਹੀਂ ਮਿਲੀ। ਉਹ ਹੁਣ ਸਾਰਾ ਕੁਛ ਹੀ ਉਹਨਾਂ ਪ੍ਰਸਥਿਤੀਆਂ ਦੇ ਵਿੱਚ ਹੀ ਜਿਹੜਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਜਿਹੜਾ ਤਾਜ਼ਾ ਆਇਆ ਉਹ ਸਾਰੇ ਦੇ ਉੱਤੇ ਅਸੀਂ ਉਹਦੀ ਰੋਸ਼ਨੀ ਦੇ ਵਿੱਚ ਹੀ ਕੀ ਹੋ ਸਕਦਾ ਉਹ ਕਮੇਟੀ ਆਪੇ ਸਾਰਾ ਵਿਚਾਰ ਚਰਚਾ ਕਰਕੇ ਫੈਸਲਾ ਕਰੇਗੀ, ਜੋ ਫੈਸਲਾ ਹੋਏਗਾ ਤੁਹਾਨੂੰ ਕਨਵੇ ਕਰਾਂਗੇ। ਠੰਡਲ ਸਾਹਿਬ ਅੱਜ ਭਾਜਪਾ ਦੇ ਵਿੱਚ ਜਾ ਰਹੇ ਨੇ, ਦੇਖੋ ਗੱਲ ਇਹ ਹੈ ਕਿ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਕਿਸੇ ਨੂੰ ਜਾਣ 'ਤੇ ਤਾਂ ਨਹੀਂ ਰੋਕ ਲਾ ਸਕਦੇ, ਪਰ ਜਿਸ ਪਾਰਟੀ ਨੇ ਇੰਨਾ ਕੁਛ ਤੁਹਾਨੂੰ ਦਿੱਤਾ ਹੋਵੇ ਲਗਾਤਾਰ, ਇੰਨੀ ਵਾਰੀ ਟਿਕਟਾਂ ਦਿੱਤੀਆਂ, ਇੰਨੀ ਵਾਰੀ MLA ਬਣਾਇਆ, ਕਿੰਨੀ ਵਾਰੀ ਮੰਤਰੀ ਬਣਾਇਆ, ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਤੁਹਾਨੂੰ ਕੈਂਡੀਡੇਟ ਬਣਾਇਆ, ਬਹੁਤ ਮਾਨ ਸਨਮਾਨ ਉਹਨਾਂ ਨੂੰ ਹਮੇਸ਼ਾ ਦਿੱਤਾ ਸੀ, ਇਸ ਕਰਕੇ ਹੁਣ ਉਹਨਾਂ ਨੇ ਦੇਖਣਾ, ਕਿਉਂਕਿ ਪਾਰਟੀ ਨੇ ਤਾਂ ਕਦੀ ਵੀ ਕੋਈ ਮੌਕਾ ਆਇਆ ਤਾਂ ਝੋਲੀ ਭਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ, ਬਾਕੀ ਹੁਣ ਜਾਣ ਵਾਲਿਆਂ ਨੂੰ ਪੁੱਛੋ ਕੀ ਗੱਲ। ਚਲੋ ਕੋਈ ਨਹੀਂ, ਕਈ ਵਾਰੀ ਜਿਹੜੀ ਆ ਸਮਿਆਂ ਦੇ ਮੁਤਾਬਕ ਪਾਰਟੀਆਂ ਤਾਂਠਾਂ ਹੁੰਦੀਆਂ ਰਹਿੰਦੀਆਂ, ਜਿਹੜੇ ਤਗੜੇ ਲੀਡਰ ਨੇ ਉਹ ਹਮੇਸ਼ਾ ਪਾਰਟੀ ਨਾਲ ਔਖੇ ਵੇਲੇ ਖੜ੍ਹਦੇ ਆ, ਅਤੇ ਕਈ ਵਾਰੀ ਕਈ ਤਰ੍ਹਾਂ ਦੇ ਪ੍ਰਭਾਵ ਪਾਏ ਜਾਂਦੇ ਆ ਉਸ ਵੇਲੇ, ਕਈ ਵਾਰੀ ਲੀਡਰ ਇੱਧਰ ਉੱਧਰ ਹੋ ਵੀ ਜਾਂਦੇ ਆ, ਪਰ ਪਾਰਟੀ ਤਾਂ ਚੱਲਦੀ ਰਹਿੰਦੀ ਆ, ਕੋਈ ਨਹੀਂ ਕਿਸੇ ਦਾ ਆਪਣਾ ਫੈਸਲਾ। ਦੇਖੋ ਅੱਜ ਸਾਡੀ ਜਿਹੜੀ ਪਾਰਟੀ ਦੀ ਸਭ ਤੋਂ ਅਹਿਮ ਕਮੇਟੀ ਹੁੰਦੀ ਹੈ ਵਰਕਿੰਗ ਕਮੇਟੀ, ਸਾਰੇ ਸਾਡੇ ਜ਼ਿਲ੍ਹਾ ਜਥੇਦਾਰ ਸਾਹਿਬਾਨ ਅਤੇ ਜਿਹੜੇ ਹਲਕਾ ਇੰਚਾਰਜ ਹੈ ਸਾਰਿਆਂ ਦੀ ਸਾਂਝੀ ਮੀਟਿੰਗ, ਔਰ ਇਹਦੇ ਵਿੱਚ ਮੌਜੂਦਾ ਪਰਿਸਥਿਤੀਆਂ ਦੇ ਵਿੱਚ ਜਿਹੜੀਆਂ ਚਾਰ ਜ਼ਿਮਨੀ ਚੋਣਾਂ ਆ ਰਹੀਆਂ ਉਹਦੇ ਸੰਬੰਧ ਦੇ ਵਿੱਚ ਅਸੀਂ ਵਿਸਤਾਰ ਦੇ ਵਿੱਚ ਚਰਚਾ ਕਰਕੇ ਅਤੇ ਆਪਣਾ ਫੈਸਲਾ ਲੈਣ, ਇਸ ਕਰਕੇ ਹਾਲੇ ਮੀਟਿੰਗ ਥੋੜ੍ਹਾ ਟਾਈਮ ਲੱਗੇਗਾ, ਸ਼ੁਰੂ ਹੋਏਗੀ ਅਤੇ ਫਿਰ ਮੀਟਿੰਗ ਤੋਂ ਬਾਅਦ ਜੋ ਫੈਸਲਾ ਕਮੇਟੀ ਦਾ ਹੋਇਆ ਉਹ ਅਸੀਂ ਤੁਹਾਨੂੰ ਜਿਹੜਾ ਨਾਲ ਦੀ ਨਾਲ ਬਾਅਦ 'ਚ ਸੂਚਿਤ ਕਰਾਂਗੇ। ਅਕਾਲ ਤਖਤ ਸਾਹਿਬ ਗਏ ਸੀਗੇ, ਸਿੰਘ ਸਾਹਿਬਾਨ ਵੱਲੋਂ ਕਿਹਾ ਸੀ ਕਿ ਥੋੜ੍ਹੀ ਬਹੁਤ ਛੋਟ ਮਿਲਣੀ ਚਾਹੀਦੀ ਹੈ, ਪਰ ਉੱਧਰੋਂ ਕੋਈ ਰਾਹਤ ਨਹੀਂ ਮਿਲੀ। ਉਹ ਹੁਣ ਸਾਰਾ ਕੁਛ ਹੀ ਉਹਨਾਂ ਪ੍ਰਸਥਿਤੀਆਂ ਦੇ ਵਿੱਚ ਹੀ ਜਿਹੜਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਜਿਹੜਾ ਤਾਜ਼ਾ ਆਇਆ ਉਹ ਸਾਰੇ ਦੇ ਉੱਤੇ ਹੀ ਅਸੀਂ ਉਹਦੀ ਰੋਸ਼ਨੀ ਦੇ ਵਿੱਚ ਹੀ ਕੀ ਹੋ ਸਕਦਾ ਉਹ ਕਮੇਟੀ ਆਪੇ ਸਾਰਾ ਵਿਚਾਰ ਚਰਚਾ ਕਰਕੇ ਫੈਸਲਾ ਕਰੇਗੀ, ਜੋ ਫੈਸਲਾ ਹੋਏਗਾ ਤੁਹਾਨੂੰ ਕਨਵੇ ਕਰਾਂਗੇ। ਦੇਖੋ ਗੱਲ ਇਹ ਹੈ ਕਿ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਕਿਸੇ ਨੂੰ ਜਾਣ 'ਤੇ ਤਾਂ ਨਹੀਂ ਰੋਕ ਲਾ ਸਕਦੇ, ਪਰ ਜਿਸ ਪਾਰਟੀ ਨੇ ਇੰਨਾ ਕੁਛ ਤੁਹਾਨੂੰ ਦਿੱਤਾ ਹੋਵੇ ਲਗਾਤਾਰ, ਇੰਨੀ ਵਾਰੀ ਟਿਕਟਾਂ ਦਿੱਤੀਆਂ, ਇੰਨੀ ਵਾਰੀ MLA ਬਣਾਇਆ, ਕਿੰਨੀ ਵਾਰੀ ਮੰਤਰੀ ਬਣਾਇਆ, ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਤੁਹਾਨੂੰ ਕੈਂਡੀਡੇਟ ਬਣਾਇਆ, ਬਹੁਤ ਮਾਨ ਸਨਮਾਨ ਉਹਨਾਂ ਨੂੰ ਹਮੇਸ਼ਾ ਦਿੱਤਾ ਸੀ, ਇਸ ਕਰਕੇ ਹੁਣ ਉਹਨਾਂ ਨੇ ਦੇਖਣਾ, ਕਿਉਂਕਿ ਪਾਰਟੀ ਨੇ ਤਾਂ ਕਦੀ ਵੀ ਕੋਈ ਮੌਕਾ ਆਇਆ ਤਾਂ ਝੋਲੀ ਭਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ, ਬਾਕੀ ਹੁਣ ਜਾਣ ਵਾਲਿਆਂ ਨੂੰ ਪੁੱਛੋ ਕੀ ਗੱਲ। ਚਲੋ ਕੋਈ ਨਹੀਂ, ਕਈ ਵਾਰੀ ਜਿਹੜੀ ਆ ਸਮਿਆਂ ਦੇ ਮੁਤਾਬਕ ਪਾਰਟੀਆਂ ਤਾਂਠਾਂ ਹੁੰਦੀਆਂ ਰਹਿੰਦੀਆਂ, ਜਿਹੜੇ ਤਗੜੇ ਲੀਡਰ ਨੇ ਉਹ ਹਮੇਸ਼ਾ ਪਾਰਟੀ ਨਾਲ ਔਖੇ ਵੇਲੇ ਖੜ੍ਹਦੇ ਆ, ਅਤੇ ਕਈ ਵਾਰੀ ਕਈ ਤਰ੍ਹਾਂ ਦੇ ਪ੍ਰਭਾਵ ਪਾਏ ਜਾਂਦੇ ਆ ਉਸ ਵੇਲੇ, ਕਈ ਵਾਰੀ ਲੀਡਰ ਇੱਧਰ ਉੱਧਰ ਹੋ ਵੀ ਜਾਂਦੇ ਆ, ਪਰ ਪਾਰਟੀ ਤਾਂ ਚੱਲਦੀ ਰਹਿੰਦੀ ਆ, ਕੋਈ ਨਹੀਂ ਕਿਸੇ ਦਾ ਆਪਣਾ ਫੈਸਲਾ।